ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ, ਮੈਂਬਰ ਆਫ ਪਾਰਲੀਮੈਂਟ ਸਲੋ ਯੂਕੇ ਤੋਂ। ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ। ਮੇਰੇ ਬਹੁਤ ਸਾਰੇ ਸਲੋ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ। ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਨੂੰ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮੀਡੀਆ ਦੇ ਨੇ ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ, ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ। ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ ਉਹਨਾਂ ਵਿਅਕਤੀਆਂ ਨੂੰ, ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ ਤਾਂ ਇਹ ਦੁੱਖ ਵੀ ਨਹੀਂ ਹੋਇਆ, ਰੋਸ ਵੀ ਹੋਇਆ। ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ, ਸਾਡੇ ਮਾਤਾ ਪਿਤਾ, ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ। ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੌਲਦਾ ਆ। ਅਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ। ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ, ਇਹ ਬੇਹੱਦ ਜ਼ਰੂਰੀ ਹੈ। ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ, ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰੋ, ਉਹ ਜਾਰੀ ਰੱਖੋ। ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਇਹ ਕੋਈ ਬੇਇਨਸਾਫੀ ਕਰਦਾ ਆ, ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਜਾਰੀ ਰੱਖੋ, ਕਿਉਂਕਿ ਤੁਹਾਨੂੰ ਇਹ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ ਪਰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ। ਸਾਡੇ ਵਰਗੇ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ। ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ, ਉੱਚੇ ਤੌਰ 'ਤੇ ਜਿਹੜੇ ਪੰਜਾਬੀ ਨੇ ਅਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਹੈ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ। ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ, ਮੈਂਬਰ ਆਫ ਪਾਰਲੀਮੈਂਟ ਸਲੋ ਯੂਕੇ ਤੋਂ। ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ। ਮੇਰੇ ਬਹੁਤ ਸਾਰੇ ਸਲੋ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ। ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ। ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਨੂੰ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮੀਡੀਆ ਦੇ ਨੇ ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ, ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ। ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ ਉਹਨਾਂ ਵਿਅਕਤੀਆਂ ਨੂੰ, ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ ਤਾਂ ਇਹ ਦੁੱਖ ਵੀ ਨਹੀਂ ਹੋਇਆ, ਰੋਸ ਵੀ ਹੋਇਆ। ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ, ਸਾਡੇ ਮਾਤਾ ਪਿਤਾ, ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ। ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੌਲਦਾ ਆ। ਅਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ। ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ, ਇਹ ਬੇਹੱਦ ਜ਼ਰੂਰੀ ਹੈ। ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ, ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰੋ, ਉਹ ਜਾਰੀ ਰੱਖੋ। ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਇਹ ਕੋਈ ਬੇਇਨਸਾਫੀ ਕਰਦਾ ਆ, ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਜਾਰੀ ਰੱਖੋ, ਕਿਉਂਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ
पर देश विदेशों के विचों भी साढ़े वर्गे बहुत सारे व्यक्ति ने जिहड़े तुहाडा साथ दे रहे ने ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ ਉੱਚੇ ਤੌਰ ਤੇ ਜਿਹੜੇ ਪੰਜਾਬੀ ਨੇ ਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਹੈ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ ਮੈਂਬਰ ਆਫ ਪਾਰਲੀਮੈਂਟ ਸਲੋ ਯੂਕੇ ਤੋਂ ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ ਮੇਰੇ ਬਹੁਤ ਸਾਰੇ ਸਲੋ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮੀਡੀਆ ਦੇ ਨੇ ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ ਉਹਨਾਂ ਵਿਅਕਤੀਆਂ ਨੂੰ ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ ਤਾਂ ਇਹ ਦੁੱਖ ਵੀ ਨਹੀਂ ਹੋਇਆ ਰੋਸ ਵੀ ਹੋਇਆ ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੌਲਦਾ ਆ ਅਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ ਇਹ ਬੇਹੱਦ ਜ਼ਰੂਰੀ ਹੈ ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰੋ ਉਹ ਜਾਰੀ ਰੱਖੋ ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਇਹ ਕੋਈ ਬੇਇਨਸਾਫੀ ਕਰਦਾ ਆ ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਜਾਰੀ ਰੱਖੋ ਕਿਉਂਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ ਪਰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ ਸਾਡੇ ਵਰਗੇ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ ਉੱਚੇ ਤੌਰ ਤੇ ਜਿਹੜੇ ਪੰਜਾਬੀ ਨੇ ਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਹੈ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ ਮੈਂਬਰ ਆਫ ਪਾਰਲੀਮੈਂਟ ਸਲੋ ਯੂਕੇ ਤੋਂ ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ ਮੇਰੇ ਬਹੁਤ ਸਾਰੇ ਸਲੋ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮੀਡੀਆ ਦੇ ਨੇ ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ ਉਹਨਾਂ ਵਿਅਕਤੀਆਂ ਨੂੰ ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ ਤਾਂ ਇਹ ਦੁੱਖ ਵੀ ਨਹੀਂ ਹੋਇਆ ਰੋਸ ਵੀ ਹੋਇਆ ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੌਲਦਾ ਆ ਅਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ ਇਹ ਬੇਹੱਦ ਜ਼ਰੂਰੀ ਹੈ ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ
मैं थानू भी बड़ी निम्रता सह ते बेनती करदा कि शांतमई ढंग नाल प्रदर्शन करो वह जारी रखो, पर यह तुसी चाहे जिन्ना मर्जी कोई बेइंसाफी करदा आ उहदे बावजूद भी तुसी उह शांतमई ढंग नाल अपना प्रदर्शन रोस प्रदर्शन जारी रखो, क्योंकि थानू इस गल का एहसास होना चाहिए आ कि थानू साथ जां समर्थन सिर्फ इंडिया दे विचों नहीं पर देश विदेशों दे विचों भी साडे वर्गे बहुत सारे व्यक्ति ने जिहड़े थोड़ा साथ दे रहे ने। ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ ਉੱਚੇ ਤੌਰ ਤੇ ਜਿਹੜੇ ਪੰਜਾਬੀ ਨੇ ਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਹੈ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ। ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ, ਮੈਂਬਰ ਆਫ ਪਾਰਲੀਮੈਂਟ ਸਲੋ ਯੂਕੇ ਤੋਂ। ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ। ਮੇਰੇ ਬਹੁਤ ਸਾਰੇ ਸਲੋਹ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ। ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮੀਡੀਆ ਦੇ ਨੇ ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ, ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ। ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ ਉਹਨਾਂ ਵਿਅਕਤੀਆਂ ਨੂੰ ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ ਤਾਂ ਇਹ ਦੁੱਖ ਵੀ ਨਹੀਂ ਹੋਇਆ ਪਰ ਰੋਸ ਵੀ ਹੋਇਆ। ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ। ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੌਲਦਾ ਆ। ਅਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ। ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ, ਇਹ ਬੇਹੱਦ ਜ਼ਰੂਰੀ ਹੈ। ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿ ਤੇ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰੋ ਉਹ ਜਾਰੀ ਰੱਖੋ, ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਕੋਈ ਬੇਇਨਸਾਫੀ ਕਰਦਾ ਆ ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਜਾਰੀ ਰੱਖੋ, ਕਿਉਂਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ ਪਰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ ਸਾਡੇ ਵਰਗੇ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ। ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ ਉੱਚੇ ਤੌਰ ਤੇ ਜਿਹੜੇ ਪੰਜਾਬੀ ਨੇ ਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਹੈ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ। ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ, ਮੈਂਬਰ ਆਫ ਪਾਰਲੀਮੈਂਟ ਸਲੋ ਯੂਕੇ ਤੋਂ। ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ। ਮੇਰੇ ਬਹੁਤ ਸਾਰੇ ਸਲੋਹ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ। ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮੀਡੀਆ ਦੇ ਨੇ ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ, ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ। ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ ਉਹਨਾਂ ਵਿਅਕਤੀਆਂ ਨੂੰ ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ ਤਾਂ ਇਹ ਦੁੱਖ ਵੀ ਨਹੀਂ ਹੋਇਆ ਪਰ ਰੋਸ ਵੀ ਹੋਇਆ। ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਹੁੰਦੇ ਸੀ।
ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੋਲਦਾ ਆ ਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ ਇਹ ਬੇਹੱਦ ਜ਼ਰੂਰੀ ਹੈ ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰੋ ਉਹ ਜਾਰੀ ਰੱਖੋ ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਇਹ ਕੋਈ ਬੇਇਨਸਾਫੀ ਕਰਦਾ ਆ ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਜਾਰੀ ਰੱਖੋ ਕਿਉਂਕਿ ਤੁਹਾਨੂੰ ਇਹ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ ਪਰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ ਸਾਡੇ ਵਰਗੇ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ ਉੱਚੇ ਤੌਰ 'ਤੇ ਜਿਹੜੇ ਪੰਜਾਬੀ ਨੇ ਅਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਹੈ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ ਮੈਂਬਰ ਆਫ ਪਾਰਲੀਮੈਂਟ ਸਲੋ ਯੂਕੇ ਤੋਂ ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ ਮੇਰੇ ਬਹੁਤ ਸਾਰੇ ਸਲੋ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਆ ਰੂਹਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮੀਡੀਆ ਦੇ ਨੇ ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ ਉਹਨਾਂ ਵਿਅਕਤੀਆਂ ਨੂੰ ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ ਤਾਂ ਇਹ ਦੁੱਖ ਵੀ ਨਹੀਂ ਹੋਇਆ ਰੋਸ ਵੀ ਹੋਇਆ ਸਾਡੇ ਵਰਗਿਆਂ ਦਾ ਖੂਨ ਖੋਲਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੋਲਦਾ ਆ ਅਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ ਇਹ ਬੇਹੱਦ ਜ਼ਰੂਰੀ ਹੈ ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰੋ ਉਹ ਜਾਰੀ ਰੱਖੋ ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਇਹ ਕੋਈ ਬੇਇਨਸਾਫੀ ਕਰਦਾ ਆ ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਨਾਲ ਆਪਣਾ ਪ੍ਰਦਰਸ਼ਨ ਰੋਸ ਪ੍ਰਦਰਸ਼ਨ ਜਾਰੀ ਰੱਖੋ ਕਿਉਂਕਿ ਤੁਹਾਨੂੰ ਇਹ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ ਪਰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ ਸਾਡੇ ਵਰਗੇ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ ਉੱਚੇ ਤੌਰ 'ਤੇ ਜਿਹੜੇ ਪੰਜਾਬੀ ਨੇ ਅਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਹੈ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ ਮੈਂਬਰ ਆਫ ਪਾਰਲੀਮੈਂਟ ਸਲੋ ਯੂਕੇ ਤੋਂ ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ ਮੇਰੇ ਬਹੁਤ ਸਾਰੇ ਸਲੋ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਆ ਰੂਹਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮੀਡੀਆ ਦੇ ਨੇ ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ
ਉਹਨਾਂ ਵਿਅਕਤੀਆਂ ਨੂੰ ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ ਤਾਂ ਇਹ ਦੁੱਖ ਵੀ ਨਹੀਂ ਹੋਇਆ ਪਰ ਰੋਸ ਵੀ ਹੋਇਆ। ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ, ਸਾਡੇ ਮਾਤਾ ਪਿਤਾ, ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ। ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੌਲਦਾ ਆ। ਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ, ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ। ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਆ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ, ਇਹ ਬੇਹੱਦ ਜ਼ਰੂਰੀ ਹੈ। ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ, ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰੋ, ਉਹ ਜਾਰੀ ਰੱਖੋ। ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਇਹ ਕੋਈ ਬੇਇਨਸਾਫੀ ਕਰਦਾ ਆ, ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਜਾਰੀ ਰੱਖੋ, ਕਿਉਂਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ ਪਰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ। ਸਾਡੇ ਵਰਗੇ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ। ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ, ਉੱਚੇ ਤੌਰ ਤੇ ਜਿਹੜੇ ਪੰਜਾਬੀ ਨੇ ਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਹੈ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ। ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ, ਮੈਂਬਰ ਆਫ ਪਾਰਲੀਮੈਂਟ ਸਲੋ ਯੂਕੇ ਤੋਂ। ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ। ਮੇਰੇ ਬਹੁਤ ਸਾਰੇ ਸਲੋ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ। ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ, ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ। ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਨੂੰ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮੀਡੀਆ ਦੇ ਨੇ, ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ, ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ। ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ ਉਹਨਾਂ ਵਿਅਕਤੀਆਂ ਨੂੰ, ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ ਤਾਂ ਇਹ ਦੁੱਖ ਵੀ ਨਹੀਂ ਹੋਇਆ ਪਰ ਰੋਸ ਵੀ ਹੋਇਆ। ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ, ਸਾਡੇ ਮਾਤਾ ਪਿਤਾ, ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ। ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੌਲਦਾ ਆ। ਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ, ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ। ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਆ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ, ਇਹ ਬੇਹੱਦ ਜ਼ਰੂਰੀ ਹੈ। ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ, ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰੋ, ਉਹ ਜਾਰੀ ਰੱਖੋ। ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਇਹ ਕੋਈ ਬੇਇਨਸਾਫੀ ਕਰਦਾ ਆ, ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਜਾਰੀ ਰੱਖੋ, ਕਿਉਂਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ ਪਰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ। ਸਾਡੇ ਵਰਗੇ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ। ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ, ਉੱਚੇ ਤੌਰ ਤੇ ਜਿਹੜੇ ਪੰਜਾਬੀ ਨੇ ਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਹੈ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ। ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ, ਮੈਂਬਰ ਆਫ ਪਾਰਲੀਮੈਂਟ ਸਲੋ ਯੂਕੇ ਤੋਂ। ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ। ਮੇਰੇ ਬਹੁਤ ਸਾਰੇ ਸਲੋ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ। ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ, ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ। ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਨੂੰ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮੀਡੀਆ ਦੇ ਨੇ, ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ
ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ, ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ, ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ। ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ ਉਹਨਾਂ ਵਿਅਕਤੀਆਂ ਨੂੰ ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ, ਤਾਂ ਇਹ ਦੁੱਖ ਵੀ ਨਹੀਂ ਹੋਇਆ ਪਰ ਰੋਸ ਵੀ ਹੋਇਆ। ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ। ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੌਲਦਾ ਆ। ਅਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ। ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ, ਇਹ ਬੇਹੱਦ ਜ਼ਰੂਰੀ ਹੈ। ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ, ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰੋ, ਉਹ ਜਾਰੀ ਰੱਖੋ। ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਇਹ ਕੋਈ ਬੇਇਨਸਾਫੀ ਕਰਦਾ ਆ, ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਜਾਰੀ ਰੱਖੋ, ਕਿਉਂਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ ਪਰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ। ਸਾਡੇ ਵਰਗੇ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ। ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ, ਉੱਚੇ ਤੌਰ 'ਤੇ ਜਿਹੜੇ ਪੰਜਾਬੀ ਨੇ ਅਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਹੈ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ। ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ, ਮੈਂਬਰ ਆਫ ਪਾਰਲੀਮੈਂਟ ਸਲੋ UK ਤੋਂ। ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ। ਮੇਰੇ ਬਹੁਤ ਸਾਰੇ ਸਲੋ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ। ਸੋ ਉਹਨਾਂ ਦੀ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ। ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪ੍ਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਈਆਂ ਰੂਹਾਂ ਨੂੰ, ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅਨਸਰ ਜਿਹੜੇ ਮੀਡੀਆ ਦੇ ਨੇ ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ, ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ, ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ। ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ ਉਹਨਾਂ ਵਿਅਕਤੀਆਂ ਨੂੰ ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ, ਤਾਂ ਇਹ ਦੁੱਖ ਵੀ ਨਹੀਂ ਹੋਇਆ ਪਰ ਰੋਸ ਵੀ ਹੋਇਆ। ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ। ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੌਲਦਾ ਆ। ਅਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ। ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ, ਇਹ ਬੇਹੱਦ ਜ਼ਰੂਰੀ ਹੈ। ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ, ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰੋ, ਉਹ ਜਾਰੀ ਰੱਖੋ। ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਇਹ ਕੋਈ ਬੇਇਨਸਾਫੀ ਕਰਦਾ ਆ, ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਜਾਰੀ ਰੱਖੋ, ਕਿਉਂਕਿ ਤੁਹਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ ਪਰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ। ਸਾਡੇ ਵਰਗੇ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ। ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ, ਉੱਚੇ ਤੌਰ 'ਤੇ ਜਿਹੜੇ ਪੰਜਾਬੀ ਨੇ ਅਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਹੈ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ। ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ, ਮੈਂਬਰ ਆਫ ਪਾਰਲੀਮੈਂਟ ਸਲੋ UK ਤੋਂ। ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ। ਮੇਰੇ ਬਹੁਤ ਸਾਰੇ ਸਲੋ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ। ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ
मैं उन्हां परिवारां नूं जिहड़े उत्थे लखीमपुर खेड़ी दे विच ने उन्हां दे नाल मैं अफसोस प्रगट करदा हां अते मैं ही आस करदा हां कि परमात्मा तुहानूं बल बख्शे अते उन्हां बिछड़ियां हुआ रूहां नूं उन्हां दी आत्मा नूं शांति बख्शे। मैनूं पता है कुछ जिहड़े शरारती अंसर जिहड़े मीडिया दे ने उन्हां वल्लों वी बड़े गलत तरीके नाल जिहड़ा इह मीडिया दे विच वी लिया गया सी कि शायद इह उह गलती जिहड़ी है उह किसानां दी है कि उह शांतमई ढंग दे नाल प्रदर्शन नहीं कर रहे सन, वह लाठियां दे नाल घूम फिर रहे सी, तां उन्हां ने आह कीता उह कीता। पर जदों एक वीडियो दे राहीं मैं देखिया कि किस बेरहमी दे नाल उन्हां गड्डियां दे काफले ने उन्हां व्यक्तियां नूं उन्हां किसानां नूं कुचल दिता, तां ਇਹ ਦੁੱਖ ਵੀ ਨਹੀਂ ਹੋਇਆ ਰੋਸ ਵੀ ਹੋਇਆ। ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ। ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੌਲਦਾ ਆ। ਅਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ। ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ, ਇਹ ਬੇਹੱਦ ਜ਼ਰੂਰੀ ਹੈ। ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ, ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰੋ, ਉਹ ਜਾਰੀ ਰੱਖੋ। ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਇਹ ਕੋਈ ਬੇਇਨਸਾਫੀ ਕਰਦਾ ਆ, ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਜਾਰੀ ਰੱਖੋ, ਕਿਉਂਕਿ ਤੁਹਾਨੂੰ ਇਹ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ ਪਰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ। ਸਾਡੇ ਵਰਗੇ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ। ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ, ਉੱਚੇ ਤੌਰ 'ਤੇ ਜਿਹੜੇ ਪੰਜਾਬੀ ਨੇ ਅਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਆ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ ਰਹਿੰਦੇ ਹਾਂ। ਨਾਚੀਜ਼ ਹੈ ਤਨਮਨਜੀਤ ਸਿੰਘ ਢੇਸੀ, ਮੈਂਬਰ ਆਫ ਪਾਰਲੀਮੈਂਟ ਸਲੋ UK ਤੋਂ। ਮੈਨੂੰ ਬੇਹੱਦ ਦੁੱਖ ਹੋਇਆ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਲਖੀਮਪੁਰ ਖੇੜੀ ਦੇ ਵਿੱਚ ਸ਼ਾਂਤਮਈ ਢੰਗ ਦੇ ਨਾਲ ਰੋਸ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੂੰ ਅਤੇ ਹੋਰਨਾਂ ਨੂੰ ਬੜੀ ਬੇਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਗਿਆ ਹੈ। ਮੇਰੇ ਬਹੁਤ ਸਾਰੇ ਸਲੋ ਹਲਕਾ ਨਿਵਾਸੀ ਵੀ ਇਸ ਲਈ ਫਿਕਰਮੰਦ ਨੇ ਅਤੇ ਉਹਨਾਂ ਨੂੰ ਦੁੱਖ ਹੈ। ਸੋ ਉਹਨਾਂ ਦੀ ਤਰਫੋਂ ਅਤੇ ਆਪਣੇ ਤਰਫੋਂ ਮੈਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਉੱਥੇ ਲਖੀਮਪੁਰ ਖੇੜੀ ਦੇ ਵਿੱਚ ਨੇ ਉਹਨਾਂ ਦੇ ਨਾਲ ਮੈਂ ਅਫਸੋਸ ਪ੍ਰਗਟ ਕਰਦਾ ਹਾਂ। ਅਤੇ ਮੈਂ ਇਹੀ ਆਸ ਕਰਦਾ ਹਾਂ ਕਿ ਪਰਮਾਤਮਾ ਤੁਹਾਨੂੰ ਬਲ ਬਖਸ਼ੇ ਅਤੇ ਉਹਨਾਂ ਵਿਛੜੀਆਂ ਹੋਇਆ ਰੂਹਾਂ ਨੂੰ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ। ਮੈਨੂੰ ਪਤਾ ਹੈ ਕੁਝ ਜਿਹੜੇ ਸ਼ਰਾਰਤੀ ਅੰਸਰ ਜਿਹੜੇ ਮੀਡੀਆ ਦੇ ਨੇ ਉਹਨਾਂ ਵੱਲੋਂ ਵੀ ਬੜੇ ਗਲਤ ਤਰੀਕੇ ਨਾਲ ਜਿਹੜਾ ਇਹ ਮੀਡੀਆ ਦੇ ਵਿੱਚ ਵੀ ਲਿਆ ਗਿਆ ਸੀ ਕਿ ਸ਼ਾਇਦ ਇਹ ਉਹ ਗਲਤੀ ਜਿਹੜੀ ਹੈ ਉਹ ਕਿਸਾਨਾਂ ਦੀ ਹੈ ਕਿ ਉਹ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਨਹੀਂ ਕਰ ਰਹੇ ਸਨ, ਉਹ ਲਾਠੀਆਂ ਦੇ ਨਾਲ ਘੁੰਮ ਫਿਰ ਰਹੇ ਸੀ, ਤਾਂ ਉਹਨਾਂ ਨੇ ਆਹ ਕੀਤਾ ਉਹ ਕੀਤਾ। ਪਰ ਜਦੋਂ ਇੱਕ ਵੀਡੀਓ ਦੇ ਰਾਹੀਂ ਮੈਂ ਦੇਖਿਆ ਕਿ ਕਿਸ ਬੇਰਹਿਮੀ ਦੇ ਨਾਲ ਉਹਨਾਂ ਗੱਡੀਆਂ ਦੇ ਕਾਫਲੇ ਨੇ ਉਹਨਾਂ ਵਿਅਕਤੀਆਂ ਨੂੰ ਉਹਨਾਂ ਕਿਸਾਨਾਂ ਨੂੰ ਕੁਚਲ ਦਿੱਤਾ, ਤਾਂ ਇਹ ਦੁੱਖ ਵੀ ਨਹੀਂ ਹੋਇਆ ਰੋਸ ਵੀ ਹੋਇਆ। ਸਾਡੇ ਵਰਗਿਆਂ ਦਾ ਖੂਨ ਖੌਲਦਾ ਹੈ ਜਦੋਂ ਅਸੀਂ ਦੇਖਦੇ ਹਾਂ, ਕਿਉਂਕਿ ਮੈਂ ਆਪ ਜਿਹੜਾ ਕਿਸਾਨੀ ਦੇ ਪਿਛੋਕੜ ਦੇ ਨਾਲ ਸਾਡੇ ਮਾਤਾ ਪਿਤਾ ਸਾਡੇ ਬਜ਼ੁਰਗ ਉਹ ਵੀ ਜ਼ਮੀਨ ਤੇ ਦੇ ਨਾਲ ਮਿੱਟੀ ਦੇ ਨਾਲ ਮਿੱਟੀ ਹੁੰਦੇ ਸੀ। ਸੋ ਜਦੋਂ ਇਹ ਦੇਖਦੇ ਹਾਂ ਤਾਂ ਸਾਡੇ ਵਰਗਿਆਂ ਦਾ ਖੂਨ ਵਾਕਈ ਖੌਲਦਾ ਆ। ਅਤੇ ਤਦੀ ਮੈਂ ਇਹ ਜਿਹੜਾ ਆਪਣਾ ਬਿਆਨ ਬੜੇ ਸੋਚ ਸਮਝ ਕੇ ਬਾਅਦ ਵਿੱਚ ਦਿੱਤਾ ਜਦੋਂ ਮੈਨੂੰ ਪੂਰੇ ਤੱਥਾਂ ਦਾ ਪਤਾ ਲੱਗਿਆ। ਅਤੇ ਮੈਂ ਜਿਹੜਾ ਪ੍ਰਸ਼ਾਸਨ ਆ ਅਤੇ ਮੀਡੀਆ ਨੂੰ ਇਹ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਉਹਨਾਂ ਕਿਸਾਨਾਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਤੁਸੀਂ ਇਨਸਾਫ ਬਖਸ਼ੋ, ਇਹ ਬੇਹੱਦ ਜ਼ਰੂਰੀ ਹੈ। ਅਤੇ ਜਿਹੜੇ ਪ੍ਰਦਰਸ਼ਨ ਕਰ ਰਹੇ ਜਿਹੜੇ ਕਿਸਾਨ ਨੇ, ਮੈਂ ਤੁਹਾਨੂੰ ਵੀ ਬੜੀ ਨਿਮਰਤਾ ਸਹਿਤ ਇਹ ਬੇਨਤੀ ਕਰਦਾ ਹਾਂ ਕਿ ਸ਼ਾਂਤਮਈ ਢੰਗ ਦੇ ਨਾਲ ਪ੍ਰਦਰਸ਼ਨ ਕਰੋ, ਉਹ ਜਾਰੀ ਰੱਖੋ। ਪਰ ਇਹ ਤੁਸੀਂ ਚਾਹੇ ਜਿੰਨਾ ਮਰਜ਼ੀ ਇਹ ਕੋਈ ਬੇਇਨਸਾਫੀ ਕਰਦਾ ਆ, ਉਹਦੇ ਬਾਵਜੂਦ ਵੀ ਤੁਸੀਂ ਉਹ ਸ਼ਾਂਤਮਈ ਢੰਗ ਦੇ ਨਾਲ ਆਪਣਾ ਪ੍ਰਦਰਸ਼ਨ, ਰੋਸ ਪ੍ਰਦਰਸ਼ਨ ਜਾਰੀ ਰੱਖੋ, ਕਿਉਂਕਿ ਤੁਹਾਨੂੰ ਇਹ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਆ ਕਿ ਤੁਹਾਨੂੰ ਸਾਥ ਜਾਂ ਸਮਰਥਨ ਸਿਰਫ ਇੰਡੀਆ ਦੇ ਵਿੱਚੋਂ ਨਹੀਂ ਪਰ ਦੇਸ਼ ਵਿਦੇਸ਼ਾਂ ਦੇ ਵਿੱਚੋਂ ਵੀ। ਸਾਡੇ ਵਰਗੇ ਬਹੁਤ ਸਾਰੇ ਵਿਅਕਤੀ ਨੇ ਜਿਹੜੇ ਤੁਹਾਡਾ ਸਾਥ ਦੇ ਰਹੇ ਨੇ। ਅਤੇ ਇਹ ਜਿਹੜਾ ਤੁਹਾਨੂੰ ਇਹ ਵੀ ਚੇਤੇ ਰੱਖਣਾ ਪੈਣਾ, ਉੱਚੇ ਤੌਰ 'ਤੇ ਜਿਹੜੇ ਪੰਜਾਬੀ ਨੇ ਅਤੇ ਜਿਹੜੇ ਸਿੱਖ ਭਾਈਚਾਰੇ ਦੇ ਵਿੱਚ ਬੜੀ ਅਮੀਰ ਵਿਰਾਸਤ ਆ ਕਿ ਆਪਾਂ ਕਿੱਦਾਂ ਆਪਣੇ ਹੱਕਾਂ ਦੇ ਲਈ ਜੂਝਦੇ ਹਾਂ ਅਤੇ ਸ਼ਾਂਤਮਈ ਢੰਗ ਦੇ ਨਾਲ ਆਪਾਂ ਆਪਣੇ ਹੱਕ ਲੈ ਕੇ